ਲੋਕ ਸਭਾ ਹਲਕਾ ਪਟਿਆਲਾ ਸ਼੍ਰੋਮਣੀ ਅਕਾਲੀ ਦਲ ਪਿਛਲੇ 40 ਦਿਨਾਂ ਤੋਂ ਲਗਾਤਾਰ ਮੈਂ ਕੰਪੇਨ ਕਰ ਰਿਹਾ। ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰੀ ਆ ਵੀ ਤੁਸੀਂ ਉਮੀਦਵਾਰਾਂ ਦਾ ਕਿਰਦਾਰ ਅਤੇ ਕਾਰਗੁਜ਼ਾਰੀ ਦੇਖ ਕੇ ਫੈਸਲੇ ਕਰੋ। ਸੋ ਮੈਂ ਬੇਨਤੀ ਕਰ ਰਿਹਾ ਵੀ ਸਾਡੇ ਜਿਹੜੇ ਸਤਿਕਾਰਯੋਗ ਤਿੰਨੋ ਹੀ ਉਮੀਦਵਾਰ ਆ, ਮੇਰੇ ਕੁਛ ਸਵਾਲ ਆ, 5 ਕਰਕੇ ਉਹ ਜਵਾਬ ਦੇਣ ਅਤੇ ਮੇਰੇ ਤੋਂ ਕੋਈ ਵੀ ਕੁਸ਼ਚਨ ਪੁੱਛਣਾ ਲਾਈਵ ਹੋ ਕੇ ਪੁੱਛਣ, ਅਖਬਾਰ 'ਚ ਪੁੱਛਣ, ਮੀਡੀਆ ਰਾਹੀਂ ਪੁੱਛਣ। ਮੈਂ 28 ਤਰੀਕ ਨੂੰ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਸਵਾਲਾਂ ਦਾ ਜਿਹੜਾ ਜਵਾਬ ਦੇਵਾਂਗਾ। ਮੇਰੇ ਜਿਹੜੇ 5 ਕੁਸ਼ਚਨ ਆ, ਪਹਿਲਾਂ ਤਾਂ ਕੇਂਦਰੀ ਮੰਤਰੀ ਜਿਹੜੇ ਬੀਬਾ ਕੇਂਦਰੀ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਜੀ ਤੋਂ ਆ, ਜਿਹੜੇ ਕੇਂਦਰ ਦੇ ਅੰਦਰ ਵਜ਼ੀਰ ਰਹੇ ਔਰ ਉਹ ਥਾਲੀਆਂ ਖਟਕਾ ਕੇ ਮਹਿੰਗਾਈ ਦੇ ਖਿਲਾਫ਼, ਜਿਹੜੇ BJP ਦੇ ਖਿਲਾਫ਼ ਧਰਨੇ ਵੀ ਕਰਦੇ ਰਹੇ, ਪ੍ਰਦਰਸ਼ਨ ਵੀ ਕਰਦੇ ਰਹੇ ਔਰ ਜਦੋਂ ਕਾਂਗਰਸ 'ਚ ਸੀਗੇ ਰਾਮ ਮੰਦਰ ਦਾ ਵਿਰੋਧ ਵੀ ਕਰਦੇ ਰਹੇ। ਕਿਆ ਤੁਸੀਂ ਉਸ ਸਟੈਂਡ 'ਤੇ ਅੱਜ ਵੀ ਕਾਇਮ ਆ ਜਾਂ ਪਟਕਾ ਪਵਾ ਕੇ ਉਹ ਜਿਹੜਾ ਸਟੈਂਡ ਆ ਤੁਹਾਡਾ ਬਦਲ ਗਿਆ? ਕਿਰਪਾ ਕਰਕੇ ਪੰਜਾਬ ਦੇ ਲੋਕਾਂ ਨੂੰ ਇਹ ਜ਼ਰੂਰ ਕਲੀਅਰ ਕਰੋ। ਫਿਰ ਤੁਸੀਂ 20 ਸਾਲ ਲਗਾਤਾਰ ਮੈਂਬਰ ਪਾਰਲੀਮੈਂਟ ਰਹੇ ਆ, ਜੇ ਪੂਰੇ ਲੋਕ ਸਭਾ ਹਲਕੇ 'ਚ ਕਿਹੜਾ ਜਿਹੜਾ ਵੱਡਾ ਪ੍ਰੋਜੈਕਟ ਤੁਸੀਂ ਲੈ ਕੇ ਆਏ ਆ ਜਿਸ ਦੇ ਨਾਲ 2-4 ਹਜ਼ਾਰ ਨੌਜਵਾਨਾਂ ਨੂੰ ਜਿਹੜੀ ਨੌਕਰੀ ਮਿਲੀ ਹੋਈ, ਕਿਰਪਾ ਕਰਕੇ ਉਹ ਵੀ ਕਲੀਅਰ ਕਰੋ। ਫਿਰ ਜਿਹੜੀ 17ਵੀਂ ਲੋਕ ਸਭਾ ਦੇ ਕਾਰਜਕਾਲ ਦੌਰਾਨ 9 ਹਲਕਿਆਂ ਦੇ ਅੰਦਰ ਤੁਸੀਂ ਆਪਣੀ ਜਿਹੜੀ ਤੁਹਾਡੀ ਡਿਸਕ੍ਰੀਸ਼ਨਰੀ ਗ੍ਰਾਂਟ ਹੁੰਦੀ ਆ, ਕਿੰਨੇ ਹਲਕਿਆਂ 'ਚ ਕਿਹੜੇ ਕਿਹੜੇ ਵਿਕਾਸ ਕਾਰਜ ਕਰਵਾਏ ਅਤੇ ਕਿੰਨੀ ਗ੍ਰਾਂਟ ਆ ਜਿਹੜੀ ਤੁਸੀਂ 5 ਸਾਲਾਂ ਦੇ ਅੰਦਰ ਖਰਚ ਕਰੀ? ਔਰ 4 ਵਾਰ ਤੁਸੀਂ ਮੈਂਬਰ ਪਾਰਲੀਮੈਂਟ ਰਹੇ ਆ, ਸਤਰਾਣਾ 'ਚ ਔਰ ਜਿਹੜੀ ਇੱਥੇ ਦੇਵੀਗੜ੍ਹ 'ਚ, ਹਰ ਸਾਲ ਟਾਂਗਰੀ ਔਰ ਘੱਗਰ ਜਿਹੜਾ ਹੜ੍ਹ ਲਿਆਉਂਦਾ, ਕਿਸਾਨ ਵੀਰ ਹਰ ਸਾਲ ਉਹ ਹੜ੍ਹਾਂ ਤੋਂ ਆਪਣੀ ਜ਼ਮੀਨ ਨੂੰ ਬਚਾ ਕੇ ਪੱਧਰੀ ਕਰਕੇ ਦੁਬਾਰਾ ਫਿਰ ਫਸਲ ਉਗਾਉਂਦੇ ਆ। ਤੁਸੀਂ ਘੱਗਰ ਦੇ ਪਾਣੀ ਨੂੰ ਬੰਨੇ ਲਾਉਣ ਵਾਸਤੇ, ਚੈੱਕ ਡੈਮ ਬਣਨ ਵਾਸਤੇ ਕਿਹੜੇ ਉਪਰਾਲੇ ਕਰੇ ਆ, ਕਿਰਪਾ ਕਰਕੇ ਚਾਨਣਾ ਪਾਓ। ਔਰ ਤੁਹਾਡੇ ਹੀ ਹਲਕੇ 'ਚ ਪਟਿਆਲਾ 2 'ਚ 24 ਪਿੰਡਾਂ ਦੀ ਜ਼ਮੀਨ ਅਕੁਆਇਰ ਹੋਈ, ਤੁਹਾਡੇ ਦੱਸਣ ਮੁਤਾਬਕ ਤੁਸੀਂ ਉਹ ਸੜਕ ਬਣਾਉਣ ਦਾ 764 ਕਰੋੜ ਦਾ ਟੈਂਡਰ ਵੀ ਗਡਕਰੀ ਜੀ ਤੋਂ ਜਿਹੜਾ ਅਲਾਟ ਕਰਵਾਇਆ, ਤੁਹਾਡੇ ਇੱਕ ਕੌਂਸਲਰ ਨੇ ਉਸ ਦਾ ਧੰਨਵਾਦ ਵੀ ਕੀਤਾ। ਸੋ ਕਿਰਪਾ ਕਰਕੇ ਮੈਨੂੰ ਦੱਸੋ ਕਿ ਕਿਆ ਉਹਨਾਂ 24 ਪਿੰਡਾਂ ਦੇ ਕਿਸਾਨਾਂ ਕਾਨੂੰਨ ਦੇ ਹਿਸਾਬ ਨਾਲ ਉਹਨਾਂ ਕਿਸਾਨਾਂ ਨੂੰ ਮਿਲ ਗਈ? ਜੇ ਨਹੀਂ ਮਿਲੀ ਤਾਂ ਕੌਣ ਜ਼ਿੰਮੇਵਾਰ ਆ ਉਸ ਵਾਸਤੇ? ਇਹ ਮੇਰੇ 5 ਕੁਸ਼ਚਨ ਜਿਹੜੇ ਮਹਾਰਾਣੀ ਪ੍ਰਨੀਤ ਕੌਰ ਜੀ ਤੋਂ ਆ। ਔਰ ਡਾਕਟਰ ਧਰਮਵੀਰ ਗਾਂਧੀ ਜੀ ਨੂੰ ਮੇਰੀ ਬੇਨਤੀ ਆ ਕਿ ਉਹ ਕਿਰਪਾ ਕਰਕੇ ਪੰਜਾਬ ਦੇ ਲੋਕਾਂ ਨੂੰ ਜ਼ਰੂਰ ਦੱਸਣ ਕਿ ਤੁਸੀਂ ਜਦੋਂ ਪਹਿਲੀ ਵਾਰੀ ਆਮ ਆਦਮੀ ਪਾਰਟੀ ਤੋਂ ਚੋਣ ਲੜੀ, ਉਸ ਟਾਈਮ ਤੁਸੀਂ ਕਿਹਾ ਸੀਗਾ ਕਿ ਕਾਂਗਰਸ ਦੇਸ਼ ਦੀ ਸਭ ਤੋਂ ਭ੍ਰਿਸ਼ਟ ਪਾਰਟੀ ਆ ਔਰ ਕਾਂਗਰਸ ਨੇ ਹਿੰਦੂ ਸਿੱਖ ਭਾਈਚਾਰਕ ਸਾਂਝ ਖਤਮ ਕਰੀ ਔਰ ਕਾਂਗਰਸ ਦੇਸ਼ ਤੋਂ ਜਿਹੜਾ ਸਫਾਇਆ ਹੋਣਾ ਚਾਹੀਦਾ। ਕਿਆ ਤੁਸੀਂ ਅੱਜ ਤੁਸੀਂ ਪਾਰਟੀ ਬਦਲ ਕੇ ਕਾਂਗਰਸ ਦੇ ਸ਼ਾਮਲ ਹੋ ਗਏ? ਕਿਆ ਤੁਸੀਂ ਪਹਿਲਾਂ ਠੀਕ ਸੀਗੇ ਜਾਂ ਅੱਜ ਠੀਕ ਸੀਗੇ? ਕਿਆ ਤੁਸੀਂ ਅੱਜ ਭ੍ਰਿਸ਼ਟਾਚਾਰ ਜਿਹੜਾ ਉਹ ਕਬੂਲ ਕਰ ਲਿਆ ਜਾਂ ਕਾਂਗਰਸ ਅੱਜ ਭ੍ਰਿਸ਼ਟਾਚਾਰੀ ਨਹੀਂ ਰਹੀ ਔਰ ਕਾਂਗਰਸ ਦਾ ਹੱਥ ਆ ਜਿਹੜਾ ਉਹ ਕੁੰਡੀ ਪੰਜਾ ਨਹੀਂ ਗਿਆ? ਕਿਰਪਾ ਕਰਕੇ ਆਪਣੀ ਜਿਹੜੀ ਪੁਜੀਸ਼ਨ ਕਲੀਅਰ ਕਰੋ ਕਿ ਤੁਸੀਂ ਪਹਿਲਾਂ ਠੀਕ ਸੀ ਜਾਂ ਅੱਜ ਠੀਕ ਹੈ। ਤੁਸੀਂ ਸੰਸਦ ਦੇ ਅੰਦਰ ਪੰਜਾਬ ਦੇ ਕਿਸਾਨਾਂ ਵਾਸਤੇ, ਵਪਾਰੀਆਂ ਵਾਸਤੇ, ਮਜ਼ਦੂਰਾਂ ਵਾਸਤੇ ਔਰ ਕਰਮਚਾਰੀਆਂ ਵਾਸਤੇ ਕਿੰਨੇ ਕੁਸ਼ਚਨ ਜਿਹੜੇ ਪੁੱਛੇ ਆ ਔਰ ਕਿਸਾਨਾਂ ਦੇ ਹੱਕ 'ਚ ਕਿੰਨੇ ਕੁ ਵਾਰੀ ਲੋਕ ਸਭਾ ਦੇ ਅੰਦਰ ਡਟ ਕੇ ਜਿਹੜੇ ਖੜ੍ਹੇ ਆ, ਜਦੋਂ ਤੁਸੀਂ 5 ਸਾਲ ਮੈਂਬਰ ਪਾਰਲੀਮੈਂਟ ਤੁਸੀਂ ਬਤੌਰ ਸੰਸਦ ਮੈਂਬਰ ਘੱਗਰ ਜਿਹੜਾ ਹਰ ਸਾਲ ਹੜਾਉਂਦਾ ਹੈਗਾ,
ਉਸ ਦੀ ਸਮੱਸਿਆ ਨੂੰ ਹੱਲ ਕਰਨ ਵਾਸਤੇ ਕਿਹੜੇ ਕਿਹੜੇ ਉਪਰਾਲੇ ਕਰੇ ਔਰ ਕਿੰਨੇ ਵਾਰੀ ਲੋਕ ਸਭਾ ਦੇ ਅੰਦਰ ਇਸ ਬਾਰੇ ਗੱਲਬਾਤ ਕੀਤੀ ਔਰ ਹਲਕਾ ਪਟਿਆਲਾ ਦਾ ਪਛੜਾਪਣ ਦੂਰ ਕਰਨ ਵਾਸਤੇ ਤੁਹਾਡੇ ਵੱਲੋਂ ਐਜ ਮੈਂਬਰ ਲੋਕ ਸਭਾ ਕਿਹੜੇ ਉਪਰਾਲੇ ਕੀਤੇ ਔਰ ਮੇਰੀ ਬੇਨਤੀ ਆ ਵੀ ਇਹ ਵੀ ਕਲੀਅਰ ਕਰੋ ਕਿ ਤੁਸੀਂ 5 ਸਾਲ ਵਾਸਤੇ ਮੈਂਬਰ ਪਾਰਲੀਮੈਂਟ ਲੋਕ ਸਭਾ 'ਚ ਰਹੇ ਔਰ 5 ਸਾਲ ਹੀ ਤੁਸੀਂ ਲੋਕ ਸਭਾ ਐਜ ਮੈਂਬਰ ਲੋਕ ਸਭਾ ਜਿਹੜੀ ਉਹ ਤਨਖਾਹ ਵਿਡਰਾ ਕਰੀਏ ਤੁਸੀਂ ਕਿੰਨੇ ਪਰਸੈਂਟ ਜਿਹੜੀ ਹਾਜ਼ਰੀਆਂ ਤੁਹਾਡੀਆਂ ਲੋਕ ਸਭਾ ਦੇ ਅੰਦਰ ਰਹੀਆਂ ਹੈਗੀਆਂ ਜੇ ਇੰਨਾ ਜਿਹੜੀ ਮੇਰੀ ਜਾਣਕਾਰੀ ਮੁਤਾਬਕ 54% ਗੈਰ ਹਾਜ਼ਰੀਆਂ ਤੁਹਾਡੀਆਂ ਰਹੀਆਂ ਅਤੇ ਇਸ ਗੈਰ ਹਾਜ਼ਰੀ ਦੇ ਸਮੇਂ ਦੇ ਦੌਰਾਨ ਤੁਸੀਂ ਆਪਣੇ ਜਿਹੜੀ ਲੋਕ ਸਭਾ ਤੋਂ ਅਸਤੀਫਾ ਕਿਉਂ ਨਹੀਂ ਦਿੱਤਾ ਤਾਂ ਕਿ ਦੂਸਰਾ ਉਮੀਦਵਾਰ ਆ ਕੇ ਤੁਹਾਡੀ ਜਗ੍ਹਾ ਲੋਕ ਸਭਾ ਹਲਕਾ ਪਟਿਆਲਾ ਦਾ ਪ੍ਰਤੀਨਿਧਤਵ ਕਰ ਸਕਦਾ ਸੋ ਇਹ ਮੇਰੇ 5 ਕੁਸ਼ਚਨ ਧਰਮਵੀਰ ਗਾਂਧੀ ਜੀ ਨੂੰ ਸਾਡੇ ਸਰਕਾਰੀ ਅਧਿਕਾਰੀ ਸਾਹਿਬ ਔਰ ਡਾਕਟਰ ਬਲਬੀਰ ਸਿੰਘ ਜੀ ਨੂੰ ਮੇਰੀ ਬੇਨਤੀ ਆ ਵੀ ਤੁਹਾਡੇ ਹਲਕੇ 'ਚ ਡਾਕਟਰ ਬਲਬੀਰ ਸਿੰਘ ਜੀ ਨੂੰ ਬੇਨਤੀ ਆ ਵੀ ਤੁਹਾਡੇ ਹਲਕੇ 'ਚ 24 ਪਿੰਡਾਂ ਦੀ ਜ਼ਮੀਨ ਆ ਜਿਹੜੀ ਉਹ ਰਿੰਗ ਰੋਡ ਵਾਸਤੇ ਐਕਵਾਇਰ ਹੋਈ ਅਤੇ ਜੋ ਦੱਸਿਆ ਗਿਆ ਰਿੰਗ ਰੋਡ ਦੀ ਜਿਹੜੀ ਜ਼ਮੀਨ ਦੀ ਐਂਟਰੀ ਆ 3D ਨੋਟੀਫਿਕੇਸ਼ਨ ਆ 2.5 ਸਾਲ ਪਹਿਲਾਂ ਜਿਹੜੀ ਰੈਵਨਿਊ ਰਿਕਾਰਡ 'ਚ ਐਂਟਰੀ ਹੋ ਚੁੱਕੀ ਹੈ ਜ਼ਿਮੀਂਦਾਰ ਨਾ ਉਹਦੇ 'ਤੇ ਲੋਨ ਲੈ ਸਕਦੇ ਹਾਂ ਨਾ ਉਹਨੂੰ ਦੇ ਸਕਦੇ ਤੁਸੀਂ 2.5 ਸਾਲਾਂ ਦੇ ਅੰਦਰ ਅੰਦਰ ਅੱਜ ਤੱਕ ਵੀ ਕਿਸਾਨਾਂ ਨੂੰ ਕੰਪਨਸੇਸ਼ਨ ਕਿਉਂ ਨਹੀਂ ਦੇ ਸਕਦੇ ਤੁਹਾਡੇ ਡਿਪਟੀ ਕਮਿਸ਼ਨਰ ਦੀ ਇੱਕ ਲੈਟਰ ਜਿਹੜੇ ਕਿਸਾਨ ਵੀਰ ਮੈਨੂੰ ਦੇ ਕੇ ਗਏ ਆ ਉਸ ਅਨੁਸਾਰ ਜਿਹੜੀ ਜ਼ਮੀਨ ਦੀ ਕੀਮਤ ਆ ਨੈਸ਼ਨਲ ਹਾਈਵੇ ਤੋਂ 2 ਕਿੱਲੇ ਦੂਰ 20 ਲੱਖ ਔਰ ਪਿੱਛੇ 18 ਲੱਖ ਰੁਪਏ ਪਰ ਕਿੱਲਾ ਜਿਹੜਾ ਰੇਟ ਬਣਦਾ ਹੈਗਾ ਅਤੇ ਉਸਦੇ ਫੈਕਟਰ ਲਾ ਕੇ ਕੀਮਤ ਦੇਈ ਜਾਣੀ ਹੈ ਜਦਕਿ ਕਾਨੂੰਨ ਦੇ ਹਿਸਾਬ ਨਾਲ 2,88,00,000 ਰੁਪਏ ਕਿੱਲਾ ਜਿਹੜੇ ਬੇਸ ਰੇਟ ਬਣਦਾ ਹੈਗਾ ਤੁਸੀਂ ਕਿਰਪਾ ਕਰਕੇ ਕਲੀਅਰ ਕਰੋ ਕਿ 20 ਲੱਖ ਰੁਪਏ ਕਿੱਲੇ ਨੂੰ ਪੰਜਾਬ 'ਚ ਕੋਈ ਜੰਗਲ ਦੀ ਜ਼ਮੀਨ ਵੀ ਮਿਲਦੀ ਹੈ ਤੁਸੀਂ ਕਿਸਾਨਾਂ ਨਾਲ ਇੰਨਾ ਵੱਡਾ ਧੋਖਾ ਕਿਉਂ ਕਰ ਰਹੇ ਹਾਂ ਇਹ ਜ਼ਰੂਰ ਪੰਜਾਬ ਦੇ ਲੋਕਾਂ ਨੂੰ ਕਲੀਅਰ ਕਰੋ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਫਿਰ ਤੁਸੀਂ ਕੇਜਰੀਵਾਲ ਅਤੇ ਭਗਵੰਤ ਮਾਨ ਜੀ ਤੋਂ ਮਾਤਾ ਕਸੱਲਿਆ ਹਸਪਤਾਲ ਦੇ ਇੱਕ ਵਾਰਡ ਦਾ ਨੀਂਹ ਪੱਥਰ ਜਿਹੜਾ ਉਦਘਾਟਨ ਦਾ ਨੀਂਹ ਪੱਥਰ ਪਾਇਆ ਸੀਗਾ ਕਿਆ ਉਹ ਤੁਹਾਡੀ ਸਰਕਾਰ 'ਚ ਕੰਪਲੀਟ ਹੋ ਗਿਆ ਜਿਹਦਾ ਉਦਘਾਟਨ ਕਰਿਆ ਤਾਂ ਜਾਂ ਉੱਥੇ ਤੁਹਾਡੀ ਕਾਰਗੁਜ਼ਾਰੀ ਕਿਆ ਜਿਹੜਾ ਉਹ ਜ਼ਰੂਰ ਉੱਥੇ ਦੱਸੋ ਵੀ ਤੁਸੀਂ ਕਿੰਨੇ ਪੈਸੇ ਉਸ ਜਿਹੜਾ ਮਾਤਾ ਕਸੱਲਿਆ ਵਾਰਡ ਦੇ ਅੰਦਰ ਲਾਏ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਤੁਹਾਡੀ ਕਾਰਗੁਜ਼ਾਰੀ ਕਿਆ ਫਿਰ ਤੁਸੀਂ ਨਾ ਜਿਹੜਾ ਮੈਨੀਫੈਸਟੋ ਦਾ ਕਰਦਾ ਫਿਰ ਤੁਸੀਂ ਕੇਜਰੀਵਾਲ ਅਤੇ ਭਗਵੰਤ ਮਾਨ ਜੀ ਤੋਂ ਮਾਤਾ ਕਸੱਲਿਆ ਹਸਪਤਾਲ ਦੇ ਇੱਕ ਵਾਰਡ ਦਾ ਨੀਂਹ ਪੱਥਰ ਜਿਹੜਾ ਉਦਘਾਟਨ ਦਾ ਨੀਂਹ ਪੱਥਰ ਪਾਇਆ ਸੀਗਾ ਕਿਆ ਉਹ ਤੁਹਾਡੀ ਸਰਕਾਰ 'ਚ ਕੰਪਲੀਟ ਹੋ ਗਿਆ ਜਿਹਦਾ ਉਦਘਾਟਨ ਕਰਿਆ ਤਾਂ ਜਾਂ ਉੱਥੇ ਤੁਹਾਡੀ ਕਾਰਗੁਜ਼ਾਰੀ ਕਿਆ ਜਿਹੜਾ ਉਹ ਜ਼ਰੂਰ ਉੱਥੇ ਦੱਸੋ ਵੀ ਤੁਸੀਂ ਕਿੰਨੇ ਪੈਸੇ ਉਸ ਜਿਹੜਾ ਮਾਤਾ ਕਸੱਲਿਆ ਵਾਰਡ ਦੇ ਅੰਦਰ ਲਾਏ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਤੁਹਾਡੀ ਕਾਰਗੁਜ਼ਾਰੀ ਕਿਆ ਫਿਰ ਤੁਸੀਂ ਨਾ ਜਿਹੜਾ ਮੈਨੀਫੈਸਟੋ ਦਾ ਜਦੋਂ ਇਲੈਕਸ਼ਨਾਂ ਦੇ ਅੰਦਰ ਆਮ ਆਦਮੀ ਪਾਰਟੀ ਨੇ ਚੋਣ ਲੜੀ ਆ 16 ਹਸਪਤਾਲ ਬਣਾਉਣ ਦੀ ਕਮਿਟਮੈਂਟ ਪੰਜਾਬ ਦੇ ਲੋਕਾਂ ਨਾਲ ਕਰੀ ਤੀ ਔਰ ਲੋਕਾਂ ਨੇ ਤੁਹਾਡੇ 'ਤੇ ਵਿਸ਼ਵਾਸ ਕਰਕੇ 92 MLA ਜਿਤਾਏ ਸੀਗੇ ਤੁਸੀਂ ਹੈਲਥ ਮਿਨਿਸਟਰ ਕਿਰਪਾ ਕਰਕੇ ਪੰਜਾਬ ਦੇ ਲੋਕਾਂ ਨੂੰ ਦੱਸੋ ਵੀ ਇਹਨਾਂ 16 ਹਸਪਤਾਲਾਂ 'ਚੋਂ 2.5 ਸਾਲ ਦੇ ਅੰਦਰ ਘੱਟ ਤੋਂ ਘੱਟ 8 ਤਾਂ ਕੰਪਲੀਟ ਹੋਣੇ ਚਾਹੀਦੇ ਸੀਗੇ ਤੁਸੀਂ ਕਿਰਪਾ ਕਰਕੇ ਪੰਜਾਬ ਦੇ ਲੋਕਾਂ ਨੂੰ ਦੱਸੋ ਵੀ ਕਿੰਨੇ ਹੋਸਪਿਟਲ ਆ ਜਿਹੜੇ ਵੱਡੇ ਮੈਡੀਕਲ ਕਾਲਜ ਜਿਹੜੇ ਤੁਸੀਂ 16 ਬਣਾਉਣੇ ਸੀਗੇ 16 ਮੈਡੀਕਲ ਕਾਲਜਾਂ 'ਚੋਂ ਕਿੰਨੇ ਮੈਡੀਕਲ ਕਾਲਜ
ਤੁਸੀਂ ਕੰਪਲੀਟ ਕਰਦੇ, ਕਿਰਪਾ ਕਰਕੇ ਪੰਜਾਬ ਦੇ ਲੋਕਾਂ ਨੂੰ ਜ਼ਰੂਰ ਤੁਸੀਂ ਦੱਸੋ। ਇਹ ਵੀ ਤੁਸੀਂ ਦੱਸੋ ਵੀ ਜਿਹੜੇ ਤੁਸੀਂ ਸਾਡੇ ਬਣਾਏ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਜਿਹੜੇ ਸੇਵਾ ਕੇਂਦਰ ਸੀ ਬਣਾਏ ਸੀਗੇ, ਤੁਸੀਂ ਕੁੱਚੀ ਮਾਰ ਕੇ ਉਹਦੇ ਉੱਤੇ ਮੁਹੱਲਾ ਕਲੀਨਿਕ ਲਿਖਦੇ ਆ, ਨਾ ਉੱਥੇ ਕੋਈ ਦਵਾਈ ਮਿਲਦੀ ਆ, ਨਾ ਡਾਕਟਰ ਹੁੰਦਾ ਹੈਗਾ। ਫਿਰ ਜਿਹੜੇ ਪੰਜਾਬ ਦੇ ਲੋਕ ਸੇਵਾ ਕੇਂਦਰ ਦੀਆਂ ਸੇਵਾਵਾਂ ਤੋਂ ਵਾਂਝੇ ਹੋਏ ਆ, ਮੇਰੇ ਹਲਕੇ 'ਚ ਪੀਰ ਮਸ਼ਾਲੇ 'ਚ ਸੀਗਾ, ਹਜ਼ਾਰਾਂ ਲੋਕ ਲਾਈਨ 'ਚ ਲੱਗ ਕੇ ਉੱਥੇ ਕੰਮ ਕਰਵਾਉਂਦੇ, ਜਿਹੜੇ ਉਹ ਵਾਂਝੇ ਹੋਏ ਆ, ਤਹਿਸੀਲਾਂ ਦੇ ਅੰਦਰ ਕਰੋੜਾਂ ਰੁਪਏ ਦੀਆਂ ਨਿਸ਼ਚਤਾਂ ਦੇਣੀਆਂ ਪੈ ਰਹੀਆਂ, ਉਸ ਵਾਸਤੇ ਤੁਸੀਂ ਜ਼ਿੰਮੇਵਾਰ ਹੋ ਜਾਂ ਨਹੀਂ ਹੈਗਾ। ਫਿਰ ਪੰਜਾਬ ਦੇ ਅੰਦਰ 5 ਲੱਖ ਰੁਪਏ ਤੱਕ ਦਾ ਇਲਾਜ ਆ ਜਿਹੜਾ ਗਰੀਬਾਂ ਦਾ ਮੁਫ਼ਤ ਸੀਗਾ, ਪਰ ਅਫਸੋਸ ਆ ਕਿ ਸਟੇਟ ਨੇ ਆਪਣਾ ਸ਼ੇਅਰ ਨਾ ਦੇਣੇ ਕਰਕੇ ਆਯੁਸ਼ਮਾਨ ਕਾਰਡ ਆ ਜਿਹੜੇ ਪੰਜਾਬ ਦੇ ਹੋਸਪਿਟਲ ਜਿਹੜੇ ਉਹਨਾਂ ਨੂੰ ਅਸੈਪਟ ਨਹੀਂ ਕਰ ਰਹੇ। ਤੁਸੀਂ ਦੱਸੋ ਕਿ ਗਰੀਬਾਂ ਦਾ ਤੁਹਾਡੀ ਪੇਮੈਂਟ ਕਰਕੇ ਗਰੀਬਾਂ ਦਾ ਇਲਾਜ ਕਿਉਂ ਨਹੀਂ ਹੋ ਸਕਿਆ, ਇਹ ਵੀ ਪਲੀਜ਼ ਕਿਰਪਾ ਕਰਕੇ ਕਲੀਅਰ ਕਰੋ। ਮੈਂ ਤੁਹਾਨੂੰ ਬੇਨਤੀ ਕਰਦਾ ਕਿ ਇਹ ਮੇਰੇ ਨੀ ਪੰਜਾਬੀਆਂ ਦੇ ਸਵਾਲ ਆ, ਕੰਪੇਨ ਦੇ ਦੌਰਾਨ ਮੇਰੇ ਸਾਹਮਣੇ ਆਏ ਸੀਗੇ, ਮੈਂ ਤੁਹਾਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਵੀ ਮੇਰੇ ਤੋਂ ਕੋਈ ਵੀ ਕੁਐਸਚਨ ਪੁੱਛਣਾ ਤੁਸੀਂ ਲਾਈਵ ਹੋ ਕੇ ਮੀਡੀਆ ਰਾਹੀਂ ਜਾਂ ਮੈਨੂੰ ਚਿੱਠੀ ਲਿਖ ਕੇ ਪੁੱਛੋ। ਮੈਂ ਜ਼ਰੂਰ 28 ਤਰੀਕ ਨੂੰ ਪ੍ਰੈਸ ਕਾਨਫਰੰਸ ਕਰਕੇ ਤੁਹਾਡੇ ਹਰੇਕ ਜਵਾਬ ਹਰੇਕ ਗੱਲ ਦਾ ਜਵਾਬ ਜ਼ਰੂਰ ਦੇਵਾਂਗਾ, ਤਾਂ ਕਿ ਪੰਜਾਬ ਦੇ ਲੋਕ ਔਰ ਲੋਕ ਸਭਾ ਹਲਕੇ ਦੇ ਲੋਕ ਸਾਡੀ ਸਾਰੇ ਉਮੀਦਵਾਰਾਂ ਦੀ ਕਿਰਦਾਰ ਔਰ ਕਾਰਗੁਜ਼ਾਰੀ ਜੱਜ ਕਰਕੇ 1 ਤਰੀਕ ਨੂੰ ਫੈਸਲੇ ਲੈ ਸਕਣ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਮਸਕਾਰ, ਸਤਿ ਸ੍ਰੀ ਅਕਾਲ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।